ਸਤਿ ਸ਼੍ਰੀ ਅਕਾਲ, ਮੈਂ ਰਚਨਾ ਸ਼ਰਮਾ, ਇਵਨ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਅਹਿਮ ਸੁਰਖੀਆਂ ਤੇ। ਹੁਬਲੀ ਦੀ ਪਰਿਵਰਤਨ ਯਾਤਰਾ ਰੈਲੀ ਵਿੱਚ ਸ਼ਾਮਲ ਹੋਏ ਯੋਗੀ ਆਦਿੱਤਿਆਨਾਥ, ਕਿਹਾ ਕਾਂਗਰਸ ਸਰਕਾਰ ਹਨੂੰਮਾਨ ਜੀ ਦੀ ਨਹੀਂ ਬਲਕਿ ਟੀਪੂ ਸੁਲਤਾਨ ਦੀ ਕਰਦੀ ਹੈ ਪੂਜਾ। ਬਠਿੰਡਾ ਵਿੱਚ ਗੈਂਗਸਟਰ ਪ੍ਰਭਦੀਪ ਸਿੰਘ ਦੀ ਪਤਨੀ ਨੇ ਕੀਤੀ ਪ੍ਰੈਸ ਵਾਰਤਾ, ਕਿਹਾ ਆਖਰੀ ਵਾਰ ਪਤੀ ਦਾ ਨਹੀਂ ਵੇਖਣ ਦਿੱਤਾ ਗਿਆ ਮੂੰਹ, ਇਹਨਾਂ ਅਫਸਰਾਂ ਦੇ ਖਿਲਾਫ ਹੋਵੇ ਕਾਰਵਾਈ, ਨਹੀਂ ਤਾਂ ਇਨਸਾਫ ਲਈ ਖੜਕਾਵਾਂਗੀ ਹਾਈ ਕੋਰਟ ਦਾ ਦਰਵਾਜ਼ਾ। ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਵਿਧਵਾ ਮਾਂ ਦੇ ਪੁੱਤ ਨੂੰ ਦੁਬਈ ਵਿੱਚ ਕੰਪਨੀ ਨੇ ਬਣਾਇਆ ਬੰਧਕ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋਂ ਮਦਦ ਦੀ ਕੀਤੀ ਮੰਗ। ਤੇ ਹੁਣ ਖਬਰਾਂ ਵਿਸਤਾਰ ਨਾਲ। ਕੰਡੇ ਦੀ ਟੱਕਰ ਚ ਤਾਂ ਬੀਜੇਪੀ ਸਰਕਾਰ ਗੁਜਰਾਤ ਫਤਿਹ ਕਰਨ ਵਿੱਚ ਸਫਲ ਰਹੀ, ਪਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਲੈ ਕੇ ਮੰਥਨ ਅਜੇ ਜਾਰੀ ਹੈ, ਜਿਸ ਨੂੰ ਲੈ ਕੇ ਅੱਜ ਗਾਂਧੀ ਨਗਰ ਵਿੱਚ ਜਿੱਤ ਕੇ ਆਏ ਬੀਜੇਪੀ ਵਿਧਾਇਕਾਂ ਦੀ ਬੈਠਕ ਹੋਵੇਗੀ, ਜਿਸ ਵਿੱਚ ਤੈਅ ਕੀਤਾ ਜਾਵੇਗਾ ਕਿ ਇਹ ਤਾਜ ਕਿਸ ਦੇ ਸਿਰ ਉੱਤੇ ਸਜੇਗਾ। ਅੱਜ ਦੀ ਬੈਠਕ ਵਿੱਚ ਬੀਜੇਪੀ ਦੇ ਕੇਂਦਰੀ ਪ੍ਰਵੇਸ਼ਕ ਅਰੁਣ ਜੇਤਲੀ, ਸਰੋਜ ਪਾਂਡੇ, ਭੁਪਿੰਦਰ ਯਾਦਵ ਅਤੇ ਵੀ ਸਤੀਸ਼ ਵੀ ਹਿੱਸਾ ਲੈਣਗੇ। ਅਰੁਣ ਜੇਤਲੀ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਮੰਥਨ ਵੀ ਕਰਨਗੇ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅਧਿਆਤਮਿਕ ਯੂਨੀਵਰਸਿਟੀ ਨਾਂ ਦੀ ਸੰਸਥਾ ਵਿੱਚ ਕੋਰਟ ਵੱਲੋਂ ਨਿਯੁਕਤ CBI ਟੀਮ ਨੇ ਕਾਰਵਾਈ ਕਰਕੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਟੀਮ ਨੇ ਦਿੱਲੀ ਦੇ ਰੋਹਿਣੀ ਇਲਾਕੇ 'ਚ ਸਥਿਤ ਕਥਿਤ ਬਾਬਾ ਵੀਰੇਂਦਰ ਦੇਵ ਵਿਕਸਿਤ ਦੇ ਆਸ਼ਰਮ ਵਿੱਚੋਂ 41 ਲੜਕੀਆਂ ਨੂੰ ਛੁਡਵਾਇਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੀਆਂ ਨਾਬਾਲਿਗ ਹਨ। ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਮੰਤਰੀ ਦੇ ਮੁਤਾਬਿਕ ਆਸ਼ਰਮ ਵਿੱਚ 200 ਤੋਂ ਜ਼ਿਆਦਾ ਮਹਿਲਾਵਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ ਅਤੇ ਲੜਕੀਆਂ ਨੂੰ ਨਸ਼ੇ ਦੇ ਇੰਜੈਕਸ਼ਨ ਦਿੱਤੇ ਜਾਂਦੇ ਸਨ, ਜਿਸ ਨੂੰ ਵੇਖਦਿਆਂ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦੀ CBI ਜਾਂਚ ਦੇ ਹੁਕਮ ਦਿੱਤੇ ਹਨ ਅਤੇ ਆਸ਼ਰਮ ਦਾ ਸੰਚਾਲਕ ਬਾਬਾ ਹਾਲੇ ਤੱਕ ਫਰਾਰ ਹੈ। ਪਿੰਡ ਉਮਰਵਾਸ ਨਿਵਾਸੀ ਪੱਤਰਕਾਰ ਰਾਜੇਸ਼ ਰੋਣ ਦੀ ਲਾਸ਼ ਕਲਿਆਣ ਮੋੜ ਦੇ ਨਜ਼ਦੀਕ ਪੁਲਿਸ ਨੂੰ ਮਿਲੀ ਹੈ। ਮ੍ਰਿਤਕ ਦੇ ਚਾਚਾ ਅਜੀਤ ਨੇ ਕਤਲ ਦਾ ਸ਼ੱਕ ਜਤਾਇਆ। ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਦਿੱਤਾ ਅਤੇ SP ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਦੀ ਜ਼ਿੰਮੇਵਾਰੀ ਇੱਕ SIT ਨੂੰ ਸੌਂਪ ਦਿੱਤੀ ਹੈ ਅਤੇ ਸਿਟੀ ਥਾਣਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਭੇਜ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਟੀਪੂ ਸੁਲਤਾਨ ਦੀ ਜਯੰਤੀ ਦੇ ਮੁੱਦੇ ਤੇ ਕਰਨਾਟਕ ਦੀ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਿਆ। ਹੁਬਲੀ ਵਿੱਚ ਪਰਿਵਰਤਨ ਯਾਤਰਾ ਰੈਲੀ 'ਚ ਸ਼ਾਮਲ ਹੋਏ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕਾਂਗਰਸ ਸਰਕਾਰ ਹਨੂੰਮਾਨ ਜੀ ਦੀ ਨਹੀਂ ਬਲਕਿ ਟੀਪੂ ਸੁਲਤਾਨ ਦੀ ਪੂਜਾ ਕਰਦੀ ਹੈ। ਯੋਗੀ ਆਦਿੱਤਿਆਨਾਥ ਨੇ ਟੀਪੂ ਸੁਲਤਾਨ ਦੀ ਜਯੰਤੀ ਮਨਾਏ ਜਾਣ ਨੂੰ ਤੁਸ਼ਟੀਕਰਨ ਦੀ ਰਾਜਨੀਤੀ ਕਰਾਰ ਦਿੱਤਾ। ਉੱਥੇ ਹੀ ਪਲਟਵਾਰ ਕਰਦੇ ਹੋਏ ਕਾਂਗਰਸ ਨੇ ਯੋਗੀ ਆਦਿੱਤਿਆਨਾਥ ਦੇ ਸਮਾਜ ਨੂੰ ਵੰਡਣ ਦਾ ਵੀ ਦੋਸ਼ ਲਗਾਇਆ ਕਿ ਵਰਤਮਾਨ ਸਰਕਾਰ ਸੇ ਅਬ ਇਸਸੇ ਜ਼ਿਆਦਾ ਉਮੀਦ ਕਰ ਵੀ ਨਹੀਂ ਸਕਤੇ ਹੈ। जो कर्नाटक में कर्नाटक के मुख्यमंत्री गोमांस भक्षण क्या की घोषणा करते हों, जो व्यक्ति स्वयं भारत के नायकों का सम्मान करने की बजाय, कर्नाटक तो हनुमान जी की भी जन्मभूमि है, यहाँ पर बहुत बड़े बड़े संतों ने, स्वामियों ने धर्म और अध्यात्म के माध्यम से, यहाँ के अनेक महापुरुषों ने, यहाँ का विजयनगर साम्राज्य कभी भी विदेशी हुकूमत के सामने कभी भी वो झुका नहीं, अंतिम दम तक लड़ता रहा। अपने समृद्ध धार्मिक, आध्यात्मिक, सांस्कृतिक और राजनीतिक नेतृत्व के लिए जो कर्नाटक समृद्ध रहा है, उस कर्नाटक में आदिल शाह और टीपू सुल्तान की जयंती मनाई जाए, उनका सम्मान हो, ये दुर्भाग्यपूर्ण है। कांग्रेस ऐसा कर सकती है। तुष्टीकरण की नीति अब इस देश के अंदर नहीं चलेगी। जातिवाद और विभाजनकारी राजनीति देश के अंदर नहीं चलेगी। देश के अंदर विकास और राष्ट्रवाद मुद्दा होगा। मोदी जी की सरकार केंद्र में इन्हीं मुद्दों को लेकर के आगे बढ़ रही है। भारतीय जनता पार्टी की सभी राज्य सरकारें इन्हीं को लेकर के आगे बढ़ रही हैं। अभी गुजरात और हिमाचल प्रदेश में इन्हीं मुद्दों पर हमें विजय मिली है, जनता ने अपार समर्थन दिया है और मोदी जी के विकास का विजन और हमारा जो है राष्ट्रवाद का जो अभियान है, यह भारतीय जनता पार्टी की सरकार बनाने में और कांग्रेस की तुष्टीकरण की नीतियों को एक सिरे से खारिज करने में सहयोग। धुंध का कहर शुरू हो गया, जिस कारण कई घटनावां सामने आ रही हैं। अजिही एक घटना वेखन नूं मिली है बठिंडा दे पिंड जस्सीपो वल्लों,
ਜਿੱਥੇ ਇੱਕ ਫਾਟਕ ਦੇ ਨੇੜੇ ਅਜਿਹਾ ਹਾਦਸਾ ਹੋਇਆ ਜਿਸ ਵਿੱਚ 14 ਔਰਤਾਂ ਜ਼ਖਮੀ ਹੋ ਗਈਆਂ। ਇਹਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹ 25 ਦੇ ਕਰੀਬ ਔਰਤਾਂ ਤੇ ਲੜਕੀਆਂ ਸਨ ਜੋ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਜਾ ਰਹੀਆਂ ਸੀ ਕਿ ਧੁੰਦ ਦੇ ਕਾਰਨ ਫਾਟਕ ਕ੍ਰੋਸ ਕਰਨ ਲੱਗੇ ਇਹਨਾਂ ਦੀ ਗੱਡੀ ਖੜੇ ਟਰੱਕ ਵਿੱਚ ਜਾ ਲੱਗੀ, ਜਿਸ ਨਾਲ 14 ਔਰਤਾਂ ਜ਼ਖਮੀ ਹੋ ਗਈਆਂ ਤੇ ਉਧਰ ਇਲਾਜ ਲਈ ਭੇਜੇ ਮਰੀਜ਼ਾਂ ਨੂੰ ਸਿਰਫ ਬੈੱਡ ਤੇ ਹੀ ਲਿਟਾਇਆ ਗਿਆ, ਉਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ। ਜਿਸ ਨੂੰ ਵੇਖਦਿਆਂ ਇਸ ਗੱਲ ਤੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਜਤਾਇਆ। ਇਹ ਸੁਬਹਾ ਅਰਲੀ ਮਾਰਨਿੰਗ 'ਚ ਹੋਇਆ ਹੈਗਾ ਐਕਸੀਡੈਂਟ। ਇਹ ਆਪਣੀ ਜੱਸੀ ਪਾਓ ਵਾਲੀ ਤੋਂ ਅਤੇ ਟਰੱਕ ਦੇ ਨਾਲ ਗੱਡੀ ਜਿਹੜੀ ਇਹਨਾਂ ਦੀ ਆਪਣੇ ਫੈਕਟਰੀ ਵਰਕਰ ਸੀਗੇ ਉਹ ਟਕਰਾ ਗਈ ਸੀ। ਉਹਦੇ ਵਿੱਚ ਤਕਰੀਬਨ 14 ਮਰੀਜ਼ ਜਿਹੜੇ ਹੈਗੇ ਸਾਡੇ ਕੋਲ ਆਏ ਆ ਐਮਰਜੈਂਸੀ, ਜਿਨ੍ਹਾਂ 'ਚੋਂ 4 ਮਰੀਜ਼ ਥੋੜ੍ਹੇ ਗੰਭੀਰ ਹਾਲਤ 'ਚ ਸੀਗੇ, 2 ਥੋੜ੍ਹੇ ਜ਼ਿਆਦਾ ਸੀਰੀਅਸ ਆ, ਅਤੇ 10 ਮਰੀਜ਼ ਜਿਹੜੇ ਹੈਗੇ ਉਹ ਮਾਮੂਲੀ ਸੱਟਾਂ ਹੈਗੀਆਂ ਉਹ ਉਹਨਾਂ ਦਾ ਜਿਹੜਾ ਉਪੜੀ ਬੇਸ 'ਤੇ ਉਹਨਾਂ ਦਾ ਇਲਾਜ ਚੱਲ ਰਿਹਾ। ਅਸੀਂ ਜਾ ਰਹੇ ਸੀਗੇ ਉੱਥੇ ਫਾਟਕ 'ਤੇ ਹੋਇਆ ਸੀ, ਫਾਟਕ ਲੱਗਿਆ ਪਿਆ ਸੀ। ਜਦੋਂ ਫਾਟਕ ਖੁੱਲ੍ਹਿਆ ਨਾ ਟਰੱਕ ਖੜ੍ਹਾ ਹੋਇਆ ਸੀ, ਮੂਹਰੇ ਧੁੰਦ 'ਚ ਦਿਸਿਆ ਨਹੀਂ, ਉਹਦੇ ਵਿੱਚ ਗੱਡੀ ਵੱਜੀ। ਅਸੀਂ 24-25 ਜਣੇ ਸੀਗੇ ਅਤੇ ਅਸੀਂ ਉੱਥੇ ਧਾਗਾ ਫੈਕਟਰੀ ਵਿੱਚ ਲੱਗੇ ਹੋਏ, ਉੱਥੇ ਜਾ ਰਹੇ ਸੀ, ਉੱਥੇ ਜਾ ਰਹੀ ਸੀ ਵੈਨ, ਉਹਦੇ ਜਾਂਦੇ ਹੋਇਆ ਕਿਸੇ ਨੇ ਇੱਕ ਇੰਜੈਕਸ਼ਨ ਦਿੱਤਾ, ਉਦੋਂ ਬਾਅਦ 'ਚ ਕੋਈ ਨਹੀਂ ਆਇਆ ਪੁੱਛਣ। ਵੀਰੇ ਆਪ ਦੇਖ ਲਓ ਬਾਈ, ਸਵੇਰ ਦਾ ਐਕਸੀਡੈਂਟ ਹੋਇਆ ਬਾਈ, ਇਹ ਸਵੇਰੇ 6:30 ਵਜੇ ਦਾ ਹੋਇਆ। ਸਾਰੇ ਪੇਸ਼ੈਂਟ ਦੇਖੋ ਕਿਵੇਂ ਵਿਚਾਰੇ ਖਿਲ ਰਹੇ ਪਏ ਯਾਰ, ਠੀਕ ਆ ਨਾ। ਇਹਨਾਂ ਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਗਾ, ਕੋਈ ਡਾਕਟਰ ਕੇਅਰ ਨਹੀਂ ਕਰਦੇ ਨੇ। ਦੇਖੋ ਆਹ ਵਿਚਾਰੀ ਕੁੜੀ ਦੇਖ ਲਾ, ਸਵੇਰ ਦੀ ਪਈ ਆ ਆਹ ਇੱਥੇ, ਅਤੇ ਕੋਈ ਇਹਨਾਂ ਨੂੰ ਸਾਂਭ ਸੰਭਾਲੀਏ ਨਹੀਂ। ਸਰਕਾਰੀ ਹਸਪਤਾਲਾਂ ਦਾ ਫਾਇਦਾ ਕੀ, ਊਂ ਤਾਂ ਸਰਕਾਰ ਕਰੀ ਜਾਂਦੀ ਹੈ ਵਾਅਦੇ ਵੀ ਅਸੀਂ ਐਂ ਕਰਾਂਗੇ, ਮਰੀਜ਼ ਆਏ ਆ ਉਹ ਆ, ਕੁਛ ਵੀ ਹੈ ਨਹੀਂ ਇੱਥੇ। ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਨੇ ਨਾ ਸਿਰਫ ਇੱਕ ਲੋਵੈਸਟ ਵੇਟ ਬੱਚੇ ਦੀ ਸਹੀ ਸਲਾਮਤ ਡਿਲੀਵਰੀ ਕਰਾਉਣ ਦਾ ਦਾਅਵਾ ਕੀਤਾ, ਬਲਕਿ 78 ਦਿਨਾਂ ਤੱਕ ਚੱਲ ਰਹੇ ਇਲਾਜ ਤੋਂ ਬਾਅਦ ਅੱਜ ਇਹ ਬੱਚਾ ਸਹੀ ਸਲਾਮਤ ਹੈ। ਹਸਪਤਾਲ ਦੇ ਡਾਕਟਰਾਂ ਦੇ ਮੁਤਾਬਿਕ ਪਟਿਆਲਾ ਵਿੱਚ ਇੱਕ ਪਹਿਲਾ ਕੇਸ ਹੈ ਜਿੱਥੇ ਇਹ ਬੱਚਾ ਜਿਸਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ ਅਤੇ ਉਸਦਾ ਇਲਾਜ ਇਸ ਹਸਪਤਾਲ ਵਿੱਚ ਕੀਤਾ ਗਿਆ ਅਤੇ ਅੱਜ ਇਹ ਬੱਚਾ ਬਿਲਕੁਲ ਤੰਦਰੁਸਤ ਹੈ। ਅੰਦਰ ਪੈਦਾ ਹੋਇਆ ਸੀ ਜਿਹਦਾ ਵਜ਼ਨ ਜਨਮ ਦੇ ਉੱਤੇ 570 ਗ੍ਰਾਮ ਸੀ, ਔਰ ਇਹ ਸਾਡੇ ਕੋਲ ਤਕਰੀਬਨ 74 ਦਿਨ ਦੇ ਲੰਬੇ ਟ੍ਰੀਟਮੈਂਟ ਤੋਂ ਬਾਅਦ 1365 ਗ੍ਰਾਮ ਦੇ ਉੱਤੇ ਡਿਸਚਾਰਜ ਹੋਏ ਨੇ ਔਰ ਬਿਲਕੁਲ ਹੈਲਦੀ ਨੇ। ਸਭ ਤੋਂ ਇੰਪੋਰਟੈਂਟ ਐਸਪੈਕਟ ਜਿਹੜਾ ਉਹ ਇਹੀ ਹੈ ਵੀ ਇਸ ਤਰ੍ਹਾਂ ਦੇ ਬੱਚਿਆਂ ਦੇ ਅੰਦਰ ਬ੍ਰੇਨ ਵਾਈਜ਼ ਜਾਂ ਉਹਨਾਂ ਦੀਆਂ ਅੱਖਾਂ ਜਾਂ ਕੰਨ ਦੀ ਸੁਣਨ ਸ਼ਕਤੀ ਦੇ ਅੰਦਰ ਕੋਈ ਨਾ ਕੋਈ ਪ੍ਰੋਬਲਮ ਆਉਣ ਦੇ ਚਾਂਸਿਸ ਹਮੇਸ਼ਾ ਹੁੰਦੇ ਨੇ, ਲੇਕਿਨ ਇਸ ਬੱਚੇ ਨੂੰ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਜਿਹੜੀ ਹੈ ਉਹ ਨਹੀਂ ਹੈਗੀ। ਇਹ ਬਿਲਕੁਲ ਹੈਲਦੀ ਇਸ ਵੇਲੇ ਬੱਚਾ ਜਿਹੜਾ ਮਾਂ ਦੀ ਗੋਦ ਵਿੱਚ ਅਸੀਂ ਦੇ ਪਾਏ ਹਾਂ, ਔਰ ਇਹਦੇ ਵਿੱਚ ਪੂਰਾ ਕ੍ਰੈਡਿਟ ਜਿਹੜਾ ਸਾਡੇ ਗਾਇਨੋਕੋਲੋਜੀ ਡਿਪਾਰਟਮੈਂਟ ਦਾ, ਸਾਡੀ ਆਪਦੀ ਨਰਸਿੰਗ ਕੇਅਰ ਦਾ, ਇਸ ਹੋਸਪਿਟਲ ਦੇ ਹਾਈ ਐਂਡ ਇਨਫਰਾਸਟ੍ਰਕਚਰ ਦਾ ਹੈ ਕਿ ਆਪਾਂ ਹੁਣ ਇਹ ਉਮੀਦ ਕਰ ਸਕਦੇ ਹਾਂ ਕਿ ਪਟਿਆਲੇ ਸ਼ਹਿਰ ਦੇ ਅੰਦਰ ਵੀ ਆਪਾਂ ਇਸ ਤਰ੍ਹਾਂ ਦੇ ਛੋਟੇ ਬੱਚਿਆਂ ਨੂੰ ਬਚਾ ਪਾਵਾਂਗੇ ਔਰ ਆਪਾਂ ਨੂੰ ਹੋਰ ਕਿਸੇ ਸ਼ਹਿਰ ਦੇ ਵੱਲ ਰੁੱਖ ਕਰਨ ਦੀ ਉਨੀ ਲੋੜ ਹੁਣ ਨਹੀਂ ਹੈ। ਤਾਂ ਸਰ ਪੰਜਾਬ ਦੇ ਵਿੱਚ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸ ਆਏ ਹੈਗੇ? ਪਟਿਆਲੇ ਸ਼ਹਿਰ ਦੇ ਅੰਦਰ ਇਹ ਲੋਵੈਸਟ ਵੇਟ ਹੈ ਜੀ, ਪੰਜਾਬ ਸ਼ਹਿਰ ਦੇ ਅੰਦਰ ਕੋਟਕਪੂਰਾ ਔਰ ਚੰਡੀਗੜ੍ਹ ਦੇ ਅੰਦਰ ਇਸੇ ਤਰ੍ਹਾਂ ਦੇ ਬੱਚੇ ਹੋਰ ਵੀ ਬਚਾਏ ਗਏ ਨੇ, ਔਰ ਇਸ ਕਰਕੇ ਮੈਂ ਸਿਰਫ ਆਪਣੇ ਦਾਅਵੇਦਾਰੀ ਇਸ ਹਿਸਾਬ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਪਟਿਆਲਾ ਸ਼ਹਿਰ ਦੇ ਅੰਦਰ ਵੀ ਉਹੀ ਕੇਅਰ ਦੇ ਸਕਦੇ ਹਾਂ ਜੋ ਲੋਕਾਂ ਨੂੰ ਹੁਣ ਬਾਹਰਲੇ ਸ਼ਹਿਰਾਂ ਦੇ ਵਿੱਚ ਹੁਣ ਤੱਕ ਮਿਲ ਰਹੀ ਸੀ। ਇਹ ਟ੍ਰੀਟਮੈਂਟ ਆ ਜਿਹੜਾ ਹੋ ਪਾਇਆ ਸਰ, ਅਭੀ ਪੂਰਾ ਫੇਥ ਹੈ, ਫੇਥ ਹੈ ਡਾਕਟਰ ਪੇ, ਬਹੁਤ ਅੱਛਾ ਟ੍ਰੀਟਮੈਂਟ ਕੀਆ ਇਹਨਾਂ ਨੇ, ਜੋ ਹਮੇ ਹੋਪ ਨਹੀਂ ਥਾ ਇਹਨਾਂ ਨੇ ਹਮਾਰੀ ਹੋਪ ਕੋ ਕੰਪਲੀਟ ਕੀਆ। तो कितनी खुशी है आपके ये सर, जो हम बयान नहीं कर सकते, एक माँ की झोली भरी खाली थी, हम यहाँ से होपफुली जो होप लेके आए थे वो लेके गए। एक डॉक्टर है जो उसको रब माना जाता है ना? हाँ जी, तो ये भगवान का दूसरा रूप है हमारे लिए, तो बिल्कुल वही है, बिल्कुल साबित कर दिया इन्होंने। हाँ जी सर, बिल्कुल। तो अभी इसका वेट कितना है सर? 14-20। तो स्वस्थ है ये अभी? हाँ जी सर, फिलहाल तो है। तो खुश हो आप यहाँ से? हाँ जी फुली सर, नो डाउट। क्या नाम है सर? ऋषि गोल। हाँ ऋषि जी, अगर बात करें बच्चे की तो काफ़ी लोएस्ट वेट है, तो कोलंबिया में आप आए तो अभी क्या पोजीशन है आपके बच्चे की? सर अब तो बच्चा ठीक है जी। अच्छा ठीक। तो पहले कहीं और भी जाते थे यहाँ? यहाँ पर पहले से यहीं चल रहा है। तो अभी बच्चा आपके पास है तो खुशी कितनी खुशी है? बहुत ज़्यादा है। तो डॉक्टर साहब जो साथ में बैठे हैं उन्होंने अच्छा ट्रीटमेंट किया है? बहुत अच्छा है। ਗੈਂਗਸਟਰ ਪ੍ਰਭਦੀਪ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਬਠਿੰਡਾ ਦੇ ਪ੍ਰੈਸ ਕਲੱਬ ਵਿੱਚ ਪ੍ਰੈਸ ਵਾਰਤਾ ਕਰਕੇ ਪ੍ਰਭਦੀਪ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਉੱਤੇ ਕਈ ਗੰਭੀਰ ਦੋਸ਼ ਲਗਾਏ। ਅਮਨਦੀਪ ਕੌਰ ਨੇ ਕਿਹਾ ਕਿ ਉਸਦੇ ਪਤੀ ਦਾ ਚਿਹਰਾ ਆਖਰੀ ਵਾਰ ਦੇਖਣ ਦਾ ਹੱਕ ਉਸ ਤੋਂ ਖੋਹਣ ਵਾਲੇ ਅਫਸਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਮਨਦੀਪ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਠਿੰਡਾ ਦੇ IG ਸੁਖਵਿੰਦਰ ਸਿੰਘ ਛਿੰਨਾ ਨੇ ਉਹਨਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਇੱਕ ਤਾਂ ਪੁਲਿਸ ਨੇ ਮੇਰੇ ਉਸ ਦਿਨ ਹੈਲਪ ਨਹੀਂ ਕੀਤੀ ਸੀਗੀ, ਦੂਸਰਾ ਉਹਦਾ ਗੈਂਗਸਟਰ ਨਾਮ ਅੱਗੇ ਜੋੜਿਆ ਜਾ ਰਿਹਾ, ਉਹਦੀ ਇਨਕੁਆਇਰੀ ਤੋਂ ਬਿਨਾਂ ਇੱਦਾਂ ਨਾਮ ਨਾਲ ਗੈਂਗਸਟਰ ਨਹੀਂ ਜੋੜਨਾ ਚਾਹੀਦਾ।
ਤੇ ਉਹਦੇ ਘਰਦਿਆਂ ਨੇ ਜਿਹੜੇ ਮੇਰੇ ਤੇ ਝੂਠੇ ਇਲਜ਼ਾਮ ਲਾਏ ਸੀਗੇ ਉਹਨਾਂ ਦੇ ਵਿਰੁੱਧ ਕੀ ਕੋਈ ਪੁਲਿਸ ਕਾਰਵਾਈ ਕਰੇ ਜਦੋਂ ਉਹਨਾਂ ਨੂੰ ਪੁਲਿਸ ਨੂੰ ਜੇ ਪੁਲਿਸ ਕੋਲ ਪ੍ਰੂਫ ਹੋਵੇ ਤਾਂ ਮੈਨੂੰ ਸਾਬਿਤ ਕਰੇ ਕਿ ਹਾਂ ਮੈਂ ਗਲਤ ਸੀਗੀ ਕਿਤੇ ਉਹਦੇ ਘਰ ਦੇ ਝੂਠੇ ਇਲਜ਼ਾਮ ਲਾ ਰਹੇ ਉਹਦੇ ਵਿਰੁੱਧ ਕਾਰਵਾਈ ਕਰੀ ਜਾਵੇ ਉਹਦੇ ਘਰ ਮਾਮਾ ਜੀ ਨੇ ਕਿਹਾ ਸੀ ਅਸੀਂ ਇਹਨੂੰ ਜਾਣਦੇ ਨਹੀਂ ਸਾਡੀ ਸਾਨੂੰ ਤਾਂ ਪਤਾ ਨਹੀਂ ਵਿਆਹ ਨਹੀਂ ਹੋਇਆ ਯੇ ਵੋ ਦੂਸਰੀਆਂ ਚੀਜ਼ਾਂ ਉਹਨਾਂ ਨੇ ਕਹਿ ਦੇ ਅਤੇ ਪਰਚੇ ਦਰਜ ਹੈ ਅੱਜ ਮੈਂ ਆਈ ਜੀ ਸਾਹਿਬ ਨੂੰ ਪੁੱਛਿਆ ਵੀ ਜੇ ਪਰਚੇ ਦਰਜ ਹੈ ਮੈਂ 3 ਮਹੀਨੇ ਤੋਂ ਸਿਟੀ ਖਰੜ 'ਚ ਥਾਣੇ 'ਚ ਜਾਂਦੀ ਹਾਂ ਮੈਨੂੰ ਕਿਸੇ ਨੇ ਫੜਿਆ ਕਿਉਂ ਨਹੀਂ ਹੈਗਾ ਉਹ ਕਹਿੰਦੇ ਸਾਡੀ ਇਨਕੁਆਇਰੀ 'ਚ ਸਾਡੇ ਕੋਲ ਕੋਈ ਪਰਚਾ ਨਹੀਂ ਹੈ ਤੇਰੇ 'ਤੇ ਹਾਂਜੀ ਡੀ ਜੀ ਪੀ ਸਰ ਆਈ ਜੀ ਭਰੋਸਾ ਦਵਾਇਆ ਗਿਆ ਸਿਰਫ ਕਿ ਹਾਂ ਤੁਹਾਡੀ ਹੈਲਪ ਕਰਾਂਗੇ ਜਿੰਨੀ ਹੋ ਸਕੇ ਪੁਲਿਸ ਨੇ ਮੈਨੂੰ ਉਸ ਦਿਨ ਦੇਖਣ ਨਹੀਂ ਦਿੱਤਾ ਸੀਗਾ ਆਈ ਜੀ ਸਾਹਿਬ ਨੇ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਸੀਗਾ ਮੈਂ ਕਿਹਾ ਤੁਹਾਡੇ ਸਾਰੇ ਹੀ ਨੰਬਰਾਂ 'ਤੇ ਫੋਨ ਕੀਤਾ ਸੀਗਾ ਜਿੰਨੇ 181 100 ਨੰਬਰ ਕੰਟਰੋਲ ਰੂਲ ਨੰਬਰ SSP SP DSP ਅਤੇ ਫਾਜ਼ਿਲਕਾ SSP ਅਰਨੀਵਾਲਾ ਥਾਣਾ ਤਾਂ ਕਿਸੇ ਨੇ ਹੀ ਨਹੀਂ ਸੁਣੀ ਅੱਗੇ ਦੇ ਅੱਗੇ ਨੰਬਰ ਪਾਈ ਗਏ ਵੀ ਇਹਨੂੰ ਫੋਨ ਕਰ ਲਓ ਉਹਨੂੰ ਫੋਨ ਕਰ ਲਓ ਵੀ ਮੌਕੇ 'ਤੇ ਜਿਹੜੇ ਮੌਜੂਦ ਆ ਉਹਨਾਂ ਨੂੰ ਕਹੋ ਮੌਕੇ 'ਤੇ ਜੋ ਮੌਜੂਦ ਸੀ ਉਹਨਾਂ ਨੇ ਮੇਰੀ ਸੁਣੀ ਨਹੀਂ ਕਿਉਂ ਇਹ ਪੁਲਿਸ ਦੀ ਅਣਗਹਿਲੀ ਕਰਕੇ ਹੀ ਇੱਦਾਂ ਹੋਇਆ ਉਹਨਾਂ ਨੇ ਉਹਦੇ ਘਰਦਿਆਂ ਨੇ ਜਿੱਦਾਂ ਇਹ ਕਹਿੰਦਾ ਨੇ ਵੀ ਸਾਡਾ ਮੁੰਡਾ ਤਾਂ ਇਹੋ ਜਿਹਾ ਸੀ ਝੂਠਾ ਇਲਜ਼ਾਮ ਲਾ ਕੇ ਹੁਣ ਵੇਲਾ ਆ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ